ਪੰਜਾਬ ਚ ਨੈਸ਼ਨਲ ਹਾਈਵੇ ਦੇ ਕਈ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਔਰ ਕਈ ਪ੍ਰੋਜੈਕਟ ਦੇ ਵਿਚ ਪਿਛਲੇ ਦਿਨਾਂ ਚ ਦੇਰੀ ਹੋਈ, ਜਿਸ ਦੀ ਵਜ੍ਹਾ ਕਰਕੇ ਨੈਸ਼ਨਲ ਐਨਐਚਏਏ ਵੱਲੋਂ ਇਕ ਲੈਟਰ ਵੀ ਪੰਜਾਬ ਸਰਕਾਰ ਨੂੰ ਜਾਰੀ ਕਰਕੇ ਇਤਰਾਜ਼ ਜ਼ਾਹਰ ਕੀਤਾ ਗਿਆ ਔਰ ਕੱਲ ਜਿਹੜੀ ਮੀਟਿੰਗ ਹੋਈ ਹੈ ਇਕ ਬੇਹੱਦ ਅਹਿਮ ਮੀਟਿੰਗ ਜਿਹੜੀ ਨਿਤਿਨ ਗਡਕਰੀ ਹੋਰਾਂ ਦੇ ਨਾਲ ਡਿਪਾਰਟਮੈਂਟਲ ਹੋਈ ਹੈ ਔਰ ਕੀ ਕੁਛ ਮੀਟਿੰਗ ਦੇ ਵਿਚ ਰਿਹਾ ਮੰਤਰੀ ਸਾਹਿਬ ਤੋਂ ਜਾਣ ਲੈਂਦੇ ਹਾਂ। ਮੰਤਰੀ ਸਾਹਿਬ, ਕਈ ਸਾਰੇ ਪ੍ਰੋਜੈਕਟ ਜਿਹੜੇ ਉਹ ਨੈਸ਼ਨਲ ਹਾਈਵੇ ਦੇ ਚੱਲ ਰਹੇ ਨੇ, ਪਿਛਲੇ ਦਿਨਾਂ ਚ ਦੇਰੀ ਵੀ ਕਈ ਥਾਵਾਂ ਤੇ ਹੋਈ ਹੈ, ਕੱਲ ਦੀ ਮੀਟਿੰਗ ਦੇ ਕੀ ਕੁਝ ਸਿੱਟੇ ਰਹੇ ਨੇ? ਦੇਖੋ ਜੀ, ਕੱਲ ਮਾਨਯੋਗ ਮੰਤਰੀ ਨਿਤਿਨ ਗਡਕਰੀ ਸਾਹਿਬ ਨੇ ਮੀਟਿੰਗ ਬੁਲਾਈ ਸੀਗੀ PWD ਵਿਭਾਗ ਦੀ, ਔਰ ਉਹਦੇ ਵਿੱਚ ਸਾਰੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਦੇ ਅਧਿਕਾਰੀ ਸਾਹਿਬਾਨ ਐਂਡ ਸੈਂਟਰਲ ਗੌਰਮੈਂਟ ਦੇ ਅਧਿਕਾਰੀ ਵੀ ਬੈਠੇ ਸੀਗੇ ਔਰ ਬੜੇ ਕੋਰਡੀਅਲ ਮਾਹੌਲ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋਈ ਔਰ ਸਾਡੇ ਜਿਹੜੇ ਜਿੰਨੇ ਪ੍ਰੋਜੈਕਟ ਚੱਲ ਰਹੇ ਨੇ NHAI ਦੇ ਸਾਰਿਆਂ ਦਾ 1x1 ਰਿਵਿਊ ਕੀਤਾ ਗਿਆ ਔਰ ਸਾਡੇ ਕੋਲੋਂ ਕੁਝ ਕੁ ਜਿਹੜੀ ਹੈਗੀ ਸੀਗੀ ਜ਼ਮੀਨ ਅਕਵਾਇਰ ਕਰਕੇ ਅਸੀਂ ਦੇਣੀ ਆ ਪੰਜਾਬ ਗੌਰਮੈਂਟ ਨੇ, ਉਹਦੇ ਵਿੱਚ ਕਾਫੀ ਪ੍ਰੋਗਰੈਸ ਸੀਗੀ ਪਹਿਲਾਂ ਨਾਲੋਂ। ਪਹਿਲਾਂ ਤਾਂ ਕੁਝ ਸਮਾਂ ਕਰਕੇ ਕੰਮ ਜਿਹੜਾ ਉਹ ਰੁਕਿਆ ਰਿਹਾ ਡਿਊਰਿੰਗ ਇਲੈਕਸ਼ਨ, ਕਿਉਂਕਿ ਜਿਹੜੇ ਡਿਸਬਰਸਮੈਂਟ ਕਰਨ ਵਾਲੇ ਅਧਿਕਾਰੀ ਹੁੰਦੇ ਨੇ ਆਮ ਤੌਰ ਤੇ ਜਿਹੜੇ ਆ ਉਹ ਲੱਗ ਜਾਂਦੇ ਨੇ ਰਿਟਰਨਿੰਗ ਅਫਸਰ ਜਾਂ ਅਸਿਸਟੈਂਟ ਰਿਟਰਨਿੰਗ ਅਫਸਰ, ਇਸ ਕਰਕੇ ਕੰਮ ਥੋੜੇ ਜਿਹੇ ਪ੍ਰਭਾਵਿਤ ਹੋਏ ਨੇ, ਪਰ ਓਵਰਆਲ ਪਰਫਾਰਮੈਂਸ ਪੰਜਾਬ ਦੀ ਜਿਹੜੀ ਆ ਬਹੁਤ ਵਧੀਆ। 1150 ਕਿਲੋਮੀਟਰ ਅਸੀਂ ਕੁੱਲ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਦੇਣੀ ਸੀਗੀ, ਜਿਹਦੇ ਵਿੱਚੋਂ ਅਸੀਂ ਆਲਮੋਸਟ 975 ਕਿਲੋਮੀਟਰ ਜਿਹੜੀ ਆਲਰੇਡੀ ਜ਼ਮੀਨ ਅਕਵਾਇਰ ਕਰਕੇ NHAI ਨੂੰ ਹੈਂਡ ਓਵਰ ਜਿਹੜੀ ਆ ਉਹ ਕਰ ਚੁੱਕੇ ਹਾਂ। ਜਿੱਥੋਂ ਤੱਕ ਡਿਸਬਰਸਮੈਂਟ ਦਾ ਸਵਾਲ ਆ, 17,325 ਕਰੋੜ ਰੁਪਇਆ ਜਿਹੜਾ ਆ ਉਹ ਡਿਸਬਰਸ ਕਰਨਾ ਸੀਗਾ ਲੈਂਡ ਓਨਰਸ ਨੂੰ, ਜਿਹਦੇ ਵਿੱਚੋਂ ਵੀ ਅਸੀਂ 80% ਡਿਸਬਰਸਮੈਂਟ ਜਿਹੜੀ ਆ ਆਲਰੇਡੀ ਕਰ ਚੁੱਕੇ ਹਾਂ। 13,626 ਕਰੋੜ ਰੁਪਏ ਦੀ ਡਿਸਬਰਸਮੈਂਟ ਹੋ ਚੁੱਕੀ ਆ। ਕੁਝ ਕੁ ਥਾਂ ਤੇ ਕੁਝ ਕਨਫਲਿਕਟਸ ਜਿਹੜੇ ਕ੍ਰੀਏਟ ਹੋ ਜਾਂਦੇ ਨੇ, ਜਿਵੇਂ ਜ਼ਮੀਨ ਦੇ ਉੱਤੇ ਪੁਜੈਸ਼ਨ ਕਿਸੇ ਦੀ ਆ ਔਰ ਕਾਗਜ਼ਾਂ ਦੇ ਵਿੱਚ ਕਬਜ਼ਾ ਕਿਸੇ ਹੋਰ ਦਾ ਬੋਲ ਰਿਹਾ, ਸੋ ਇਸ ਤਰ੍ਹਾਂ ਦੇ ਥੋੜੇ ਬਹੁਤੇ ਇਸ਼ੂ ਹੈਗੇ ਨੇ। ਉਹ ਵੀ ਅਸੀਂ ਮੀਟਿੰਗ ਪਹਿਲਾਂ ਵੀ ਮੀਟਿੰਗਸ ਲਗਾਤਾਰ ਕਰ ਰਹੇ ਹਾਂ, ਹੁਣ ਫੇਰ ਉਹਨੂੰ ਕਰਕੇ ਅਸੀਂ ਉਹ ਵੀ ਬਹੁਤ ਜਲਦ ਜਿਹੜਾ ਆ ਉਹ ਸੋਲਵ ਕਰਾਵਾਂਗੇ। ਲੇਕਿਨ ਖਬਰਾਂ ਇਹ ਵੀ ਆਈਆਂ ਕਿ ਨੈਸ਼ਨਲ NHAI ਇੰਨਾ ਨਾਰਾਜ਼ ਖਫਾ ਨਜ਼ਰ ਆਇਆ ਕਿ ਉਹਨਾਂ ਨੇ ਅਲਟੀਮੇਟਮ ਦਿੱਤਾ, ਚੇਤਾਵਨੀ ਦੇ ਦਿੱਤੀ ਕਿ ਜੇ ਇੰਨਾ ਢਿੱਲਾ ਰਵੱਈਆ ਅਧਿਕਾਰੀਆਂ ਦਾ ਰਹੇਗਾ ਤਾਂ ਫਿਰ ਅਸੀਂ ਪ੍ਰੋਜੈਕਟ ਸੈਂਟਰ ਤੇ ਬੰਦ ਕਰ ਦਾਂਗੇ, ਅਸੀਂ ਪੰਜਾਬ ਚ ਕਈ ਸਾਰੇ ਪ੍ਰੋਜੈਕਟ ਬੰਦ ਕਰਾਂਗੇ ਆਉਣ ਵਾਲੇ ਦਿਨਾਂ ਦੇ। ਨਹੀਂ, ਇਹੋ ਜੀ ਕੋਈ ਗੱਲ ਨਹੀਂ ਆ, ਕੋਈ ਕਿਸੇ ਤਰ੍ਹਾਂ ਦਾ ਕੋਈ ਅਲਟੀਮੇਟਮ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਇਹ ਜਿਹੜੀ ਖਬਰ ਆ ਇਹ ਬੇਬੁਨਿਆਦ ਆ। ਹਾਂ, ਇਹ ਗੱਲ ਹੈਗੀ ਆ ਕਿ ਕੰਮ ਦੇ ਵਿੱਚ ਅਸੀਂ ਤੇਜ਼ੀ ਲਿਆਉਣ ਵਾਸਤੇ ਕਿਹਾ, ਕਿਉਂਕਿ ਰੋਡ ਜਿਹੜਾ ਹੈਗਾ ਆ, ਰੋਡਸ ਦਾ ਜਾਲ ਵਿਛਾਉਣਾ ਇਹ ਸਟੇਟ ਦੇ ਵਾਸਤੇ ਬਹੁਤ ਇੱਕ ਲਾਈਫ ਲਾਈਨ ਹੁੰਦੀ ਆ, ਸਟੇਟ ਦੀ ਇਕਾਨਮੀ ਵੀ ਇੰਪਰੂਵ ਹੁੰਦੀ ਆ, ਕੁਨੈਕਟੀਵਿਟੀ ਜਿਹੜੀ ਆ ਉਹ ਵੱਧਦੀ ਆ, ਜਿਹੜੀ ਗਰੋਥ ਆ ਉਹ ਡਿਪੈਂਡ ਕਰਦੀ ਆ ਕਿ ਤੁਹਾਡੀ ਸਟੇਟ ਦੇ ਵਿੱਚ ਰੋਡਸ ਕਿੰਨੀਆਂ ਨੇ, ਕਿਸ ਤਰ੍ਹਾਂ ਦੀਆਂ ਨੇ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਰੋਡਸ ਨੂੰ ਬਹੁਤ ਜਲਦ ਜਿਹੜਾ ਆ ਉਹ ਬਣਾ ਕੇ ਲੋਕਾਂ ਦੇ ਸਪੁਰਦ ਕੀਤਾ ਜਾਵੇ ਔਰ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹਦਾ ਫਾਇਦਾ ਉਠਾ ਸਕਣ। ਸੋ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਨਿਤਿਨ ਗਡਕਰੀ ਸਾਹਿਬ ਨੇ ਇਹੋ ਜਿਹੀ ਕੋਈ ਜਿਹੜਾ ਅਲਟੀਮੇਟਮ ਨਹੀਂ ਦਿੱਤਾ, ਬਾਕੀ ਸਾਡੀਆਂ ਰਿਵਿਊ ਮੀਟਿੰਗਸ ਸੈਂਟਰ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ, ਜਿਵੇਂ ਹੁਣ ਮੀਟਿੰਗ ਹੋਈ ਆ, 2 ਮਹੀਨੇ ਬਾਅਦ ਫੇਰ ਮੀਟਿੰਗ ਹੋਏਗੀ, ਫਿਰ ਨੈਕਸਟ 2-3 ਮਹੀਨੇ ਬਾਅਦ ਮੀਟਿੰਗ ਹੋਏਗੀ। ਦਿਸ ਇਜ਼ ਪਾਰਟ ਐਂਡ ਪਾਰਸਲ ਆਫ ਪ੍ਰੋਜੈਕਟ ਬੰਦ ਕਰਨ ਦੀ ਕੋਈ ਧਮਕੀ ਨਹੀਂ, ਮਹਿਜ਼ ਫਵਾਵਾਂ ਚੱਲ ਰਹੀਆਂ ਸੀਗੀਆਂ।
ਬਿਲਕੁਲ ਅਫਵਾਹਾਂ ਚੱਲ ਰਹੀਆਂ ਨੇ, ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ। ਕੋਈ ਵੀ ਪ੍ਰੋਜੈਕਟ ਪੰਜਾਬ ਦੇ ਵਿੱਚ ਜਿਹੜਾ ਉਹ ਬੰਦ ਨਹੀਂ ਹੋ ਰਿਹਾ। ਅਸੀਂ ਬਹੁਤ ਜਲਦ ਜਿਹੜੇ ਆ ਕਾਲਾਸ ਜਿਹੜੇ ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕਵੀਜੀਸ਼ਨ ਹੁੰਦੇ ਆ, ਉਹਨਾਂ ਦੀ ਵੀ ਅਸੀਂ ਮੀਟਿੰਗ, ਪਹਿਲਾਂ ਵੀ ਮੀਟਿੰਗ ਕਰਦੇ ਰਹਿੰਦੇ ਹਾਂ, ਸਾਡੇ ਸੈਕਟਰੀ ਪੱਧਰ ਤੇ ਵੀ ਹਰ ਬੁੱਧਵਾਰ ਨੂੰ ਅਸੀਂ ਰਿਵਿਊ ਜਿਹੜਾ ਲੈਂਦੇ ਹਾਂ। ਔਰ ਬਹੁਤ ਵਧੀਆ ਪਰਫਾਰਮੈਂਸ ਪਿਛਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਅਸੀਂ ਲੈਂਡ ਐਕਵੀਜੀਸ਼ਨ ਦੇ ਮਾਮਲੇ ਦੇ ਉੱਤੇ ਲਈ ਆ। ਸੋ ਜਿੱਥੋਂ ਤੱਕ ਥੋੜੇ ਬਹੁਤੇ ਕੋਈ ਛੋਟੇ ਮੋਟੇ ਇਸ਼ੂ ਨੇ, ਉਹਨਾਂ ਨੂੰ ਅਸੀਂ ਜਿਹੜੇ ਲੈਂਡ ਓਨਰਸ ਨੇ ਉਹਨਾਂ ਨਾਲ ਬੈਠ ਕੇ ਜਿਹੜਾ ਉਹ ਸੋਲਵ ਕਰ ਰਹੇ ਹਾਂ। ਕਈ ਥਾਵਾਂ ਤੇ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਅਣਗਹਿਲੀ ਹੋ ਜਾਂਦੀ, ਉਸ ਪੱਧਰ ਤੇ ਕੰਮ ਨਹੀਂ ਕਰਦੇ, ਉਹਨਾਂ ਨਾਲ ਵੀ ਕੋਈ ਰਿਵਿਊ ਮੀਟਿੰਗ ਤੁਹਾਡੇ ਤੇ ਕੀਤੀ ਜਾਏਗੀ, ਡੀਸੀ ਲੈਵਲ ਦੀ ਮੀਟਿੰਗ ਕੀਤੀ ਜਾਏਗੀ, ਤਾਂ ਕਿ ਕਿਤੇ ਵੀ NHA ਨਾਰਾਜ਼ ਨਾ ਹੋਵੇ, ਕਿਤੇ ਵੀ ਕੋਈ ਅਜਿਹਾ ਗੱਲ ਨਾ ਸਾਹਮਣੇ ਆਵੇ। ਦੇਖੋ NHAI ਐਂਡ ਪੰਜਾਬ ਗਵਰਨਮੈਂਟ ਦੇ ਅਧਿਕਾਰੀ ਬਹੁਤ ਕੋਆਰਡੀਨੇਸ਼ਨ ਦੇ ਨਾਲ ਕੰਮ ਕਰ ਰਹੇ ਨੇ, ਇਹਦੇ ਵਿੱਚ ਕੋਈ ਮਤਲਬ ਅਤਕਥਨੀ ਨਹੀਂ ਆ। ਬੜਾ ਵਧੀਆ ਸਾਨੂੰ ਜਿਹੜੇ RO ਨੇ ਜਾਂ ਪ੍ਰੋਜੈਕਟ ਡਾਇਰੈਕਟਰਸ ਨੇ ਡਿਸਟ੍ਰਿਕਟਸ ਦੇ ਵਿੱਚ ਬਹੁਤ ਵਧੀਆ ਕੋਪਰੇਟ ਕਰਦੇ ਨੇ। ਪੰਜਾਬ ਗਵਰਨਮੈਂਟ ਦੀ ਤਰਫੋਂ ਵੀ ਬੜਾ ਉਹਨਾਂ ਨੂੰ ਕੋਪਰੇਸ਼ਨ ਜਿਹੜਾ ਆ ਉਹ ਦਿੱਤਾ ਜਾਂਦਾ। ਹਾਂ, ਜੇ ਕਿਸੇ ਅਧਿਕਾਰੀ ਲੈਵਲ ਤੇ ਕੋਈ ਮਿਸਟੇਕ ਹੁੰਦੀ ਆ ਜਾਂ ਗਲਤੀ ਹੁੰਦੀ ਆ, ਸੋ ਜੋ ਨਿਜ਼ਮ ਬਣੇ ਨੇ, ਰੂਲਸ ਨੇ CSR ਦੇ, ਸਿਵਲ ਸਰਵਿਸਿਜ਼ ਰੂਲਸ ਨੇ, ਜਾਂ ਜੋ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਾਂਗੇ। ਜ਼ਮੀਨ ਮੁਹੱਈਆ ਕਰਵਾਈ ਜਾ ਰਹੀ, ਉੱਥੇ ਕੋਈ ਦਿੱਕਤ ਤਾਂ ਨਹੀਂ ਆ ਰਹੀ? ਜਾਂ ਮਟੀਰੀਅਲ ਜੇ ਕਿਤੇ ਰੇਤਾ ਬਜਰੀ ਪਹੁੰਚਾਣੀ ਹੈ ਜਾਂ ਕਿਤੇ ਕੋਈ ਉਹ ਤੇ ਨਹੀਂ ਕੋਈ ਦਿੱਕਤ ਦਾ ਸਾਹਮਣਾ? ਦੇਖੋ ਇਹੋ ਜੀ ਸੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ। ਹਾਂ, ਕਈ ਥਾਵਾਂ ਤੇ ਥੋੜੀ ਇਹ ਪ੍ਰੋਬਲਮ ਆਈ ਹੈ ਕਿ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਜਿਹੜੀ ਮਿੱਟੀ ਪੈਂਦੀ ਹੈ ਥੱਲੇ, ਉਹਦੇ ਨਾਲ ਸੰਬੰਧਿਤ ਕੰਟਰੈਕਟਰ ਵੀ ਬੁਲਾਏ ਸੀਗੇ, ਉਹਨਾਂ ਨੂੰ ਕਈ ਥਾਵਾਂ ਤੇ ਥੋੜੀ ਬਹੁਤੀ ਮੁਸ਼ਕਲ ਆਈ ਹੈ। ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਸਾਡੇ ਕੋਲ ਥਰਮਲ ਪਲਾਂਟ ਨੇ ਉਹਦੇ ਵਿੱਚ ਫਲਾਈ ਐਸ਼ ਆ, ਪੌਂਡ ਐਸ਼ ਆ, ਅਸੀਂ ਉਹਨਾਂ ਦੇ ਨਾਲ ਕੰਟਰੈਕਟ ਕਰਾ ਕੇ ਤੇ ਉਹ ਕੰਟਰੈਕਟਰ ਨੂੰ ਜਿਹੜੀ ਆ ਉਹ ਮਿੱਟੀ ਜਿਹੜੀ ਆ ਉਹ ਮੁਹੱਈਆ ਕਰਵਾਵਾਂਗੇ। ਹੁਣ 2 ਮਹੀਨੇ ਬਾਅਦ ਰਿਵਿਊ ਮੀਟਿੰਗ, ਲੇਕਿਨ ਅਲਟੀਮੇਟਮ ਕੋਈ ਨਹੀਂ, ਕਿਉਂਕਿ ਚਰਚਾ ਇਹ ਸੀਗੀ ਕਿ 2 ਮਹੀਨੇ ਦਾ ਅਲਟੀਮੇਟਮ ਮਿਲੇ। ਨਹੀਂ, ਤੁਸੀਂ ਦੇਖੋ ਨਾ, ਜਿਹੜੇ ਜਿਸ ਕੰਮ ਦੇ ਵਿੱਚ 1150 ਕਿਲੋਮੀਟਰ ਦੇ ਵਿੱਚੋਂ 975 ਕਿਲੋਮੀਟਰ ਆਲਰੇਡੀ ਤੁਸੀਂ ਜਿਹੜਾ ਆ ਉਹ ਕਬਜ਼ਾ ਦੇ ਦਿੱਤਾ, ਸੋ ਇਹੋ ਜਿਹੇ ਪ੍ਰੋਜੈਕਟ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਇੱਕ ਪ੍ਰੋਜੈਕਟ ਸ਼ੁਰੂ ਹੋ ਗਿਆ, ਕਾਫੀ ਕੰਪਲੀਟ ਹੋ ਗਿਆ ਤੇ ਥੋੜਾ ਜਿਹਾ 80% ਡਿਸਬਰਸਮੈਂਟ ਹੋ ਚੁੱਕੀ ਆ, ਸੋ 20% ਡਿਸਬਰਸਮੈਂਟ ਬਾਕੀ ਆ, ਉਹ ਵੀ ਬਹੁਤ ਥੋੜੇ ਸਮੇਂ ਚ ਹੋ ਜਾਣੀ ਆ, ਕਿਉਂਕਿ ਹਰ ਇਲਾਕੇ ਦੀਆਂ ਕੁਝ ਨਾ ਕੁਝ ਪ੍ਰੋਬਲਮਸ ਹੁੰਦੀਆਂ ਨੇ। ਸਾਡੇ ਵੀ, ਮੈਂ ਇਹ ਨਹੀਂ ਕਹਿੰਦਾ ਕਿ ਪ੍ਰੋਬਲਮਸ ਨਹੀਂ ਨੇ, ਪ੍ਰੋਬਲਮਸ ਹੈ ਨੇ, ਪਰ ਉਹ ਕੋਈ ਇਹੋ ਜਿਹੀਆਂ ਇੰਨੀਆਂ ਵੱਡੀਆਂ ਪ੍ਰੋਬਲਮਸ ਨਹੀਂ ਆ ਕਿ ਜਿਨ੍ਹਾਂ ਨੂੰ ਅਸੀਂ ਸੋਲਵ ਨਹੀਂ ਕਰ ਸਕਦੇ, ਕਿਉਂਕਿ ਹੁਣ ਬਰਸਾਤਾਂ ਦਾ ਮੌਸਮ ਹੈ, ਸੜਕਾਂ ਕਈ ਥਾਵਾਂ ਤੇ ਟੁੱਟਦੀਆਂ ਨਜ਼ਰ ਆਣਗੀਆਂ। RDF ਦਾ ਪੈਸਾ ਸੈਂਟਰ ਨੇ ਰੋਕਿਆ ਹੋਇਆ, RDF ਦੇ ਪੈਸੇ ਨੂੰ ਲੈ ਕੇ ਵੀ ਕੋਈ ਗੱਲਬਾਤ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ, ਕਿਉਂਕਿ ਪਿੱਛੇ ਖਬਰ ਇਹ ਵੀ ਆਈ ਸੀ ਕਿ ਮੰਡੀ ਬੋਰਡ ਨੂੰ ਲੋਨ ਜਿਹੜਾ ਉਹ ਲੈਣਾ ਪੈ ਰਿਹਾ? ਦੇਖੋ, RDF ਦਾ ਪੈਸਾ ਤੁਹਾਨੂੰ ਵੀ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਸੈਂਟਰਲ ਗਵਰਨਮੈਂਟ ਨੇ ਰੋਕਿਆ ਹੋਇਆ, ਸੋ ਇਹਦੇ ਬਾਰੇ ਅਸੀਂ ਲਗਾਤਾਰ ਕੰਟੈਕਟ ਦੇ ਵਿੱਚ ਹਾਂ। ਅਸੀਂ ਹਮੇਸ਼ਾ ਹੀ ਜਿਹੜਾ ਪਹਿਲਾਂ ਤੋਂ ਵੀ ਯੂਨੀਅਨ ਗਵਰਨਮੈਂਟ ਦੇ ਨਾਲ, ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜਾ ਉਹ ਗੱਲਬਾਤ ਕਰਦੇ ਰਹੇ ਹਾਂ, ਹੁਣ ਵੀ ਸਾਡੀ ਜਾਰੀ ਆ। ਅਸੀਂ ਚਾਹ ਰਹੇ ਹਾਂ ਕਿ ਸਾਡਾ ਰੁਕਿਆ ਹੋਇਆ ਪੈਸਾ ਜਲਦੀ ਜਲਦੀ ਜਿਹੜਾ ਉਹ ਮਿਲੇ, ਤਾਂ ਕਿ ਅਸੀਂ ਰੋਡ ਇਨਫਰਾਸਟ੍ਰਕਚਰ ਨੂੰ ਹੋਰ ਪੰਜਾਬ ਦੇ ਵਿੱਚ ਮਜ਼ਬੂਤ ਕਰ ਸਕੀਏ। ਧੰਨਵਾਦ। ਥੈਂਕ ਯੂ। ਇਸ ਸਨ PWD ਮਿਨਿਸਟਰ ਨਿਤਿਨ ਗਡਕਰੀ ਹੋਰਾਂ ਦੇ ਨਾਲ ਮੁਲਾਕਾਤ ਹੋਈ। ਕਹਿੰਦੇ ਕੋਈ ਅਲਟੀਮੇਟਮ ਨਹੀਂ ਹੈ, ਲੇਕਿਨ ਜਿੱਥੇ ਜੋ ਕਮੀਆਂ ਪੇਸ਼ੀਆਂ ਨੇ ਜਾਂ ਇਲੈਕਸ਼ਨ ਦੀ ਵਜ੍ਹਾ ਕਰਕੇ ਦੇਰੀ ਹੋਈ ਹੈ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਕੈਮਰਾਮੈਨ ਅਜੇ ਦੇ ਨਾਲ ਪੰਕਜ ਪੈ, ਨਿਊਜ਼ 18 ਚੰਡੀਗੜ੍ਹ।